ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਬਿਜਲੀ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਇਸੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਜੁਲਾਈ ਤੋਂ ਪੰਜਾਬ ਦੇ ਹਰ ਘਰ ਨੂੰ ਹਰ ਮਹੀਨੇ 300 ਯੂਨਟ ਬਿਜਲੀ ਦੇ ਮੁਫਤ ਦਿੱਤੇ ਜਾਣਗੇ ਦੋਸਤੋ ਇਹ ਹੀ ਨਹੀਂ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ 31 ਦਸੰਬਰ 2021 ਤੱਕ ਜਿਨ੍ਹਾਂ ਪਰਿਵਾਰਾਂ ਦੇ ਘਰ ਦਾ ਲੋਡ 2 ਕਿਲੋਵਾਟ ਤੱਕ ਹੈ ਉਹਨਾਂ ਦਾ ਮੁਕੰਮਲ ਬਿੱਲ ਜਿਹੜਾ ਹੈ ਬਕਾਇਆ ਖੜਾ ਬਿੱਲ ਹੈ ਉਸ ਨੂੰ ਮਾਫ ਕੀਤਾ ਜਾਵੇਗਾ ਅਰ ਦੋਸਤੋ ਕਿ ਅਸੀਂ ਇਹ ਨਹੀਂ ਸੋਚਦੇ ਕਿ ਇੰਨੀਆਂ ਸਬਸਿਡੀਆਂ ਤੇ ਇਨਾਂ ਐਲਾਨਾਂ ਤੋਂ ਬਾਅਦ ਪੀਐਸਪੀਸੀਰ ਯਾਨੀ ਕਿ ਬਿਜਲੀ ਬੋਰਡ ਦਾ ਜਿਹੜਾ ਅਦਾਰਾ ਹੈ ਜੋ ਸਾਨੂੰ ਇਹ ਸਾਰੀਆਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ ਉਸ ਦਾ ਕੀ ਹੋਵੇਗਾ ਉਸ ਦੇ ਹਾਲ ਬਾਰੇ ਅੱਜ ਜਾਣਕਾਰੀ ਲੈਣੇ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲੋ ਸੋ ਦੋਸਤੋ ਅੱਜ 25 ਅਪ੍ਰੈਲ ਨੂੰ ਪੰਜਾਬ ਦੇ ਅਜੀਤ ਅਖਬਾਰ ਦੇ ਵਿੱਚ ਪਾਵਰ ਕਾਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਬਿਜਲੀ ਬੋਰਡ ਬਾਰੇ ਜਿਹੜੀ ਇਹ ਜਾਣਕਾਰੀ ਦੱਸੀ ਗਈ ਹੈ ਕਿ ਲਗਾਤਾਰ ਇੰਨੇ ਐਲਾਨ ਜਿਹੜੇ ਨੇ ਕੀਤੇ ਜਾ ਰਹੇ ਨੇ ਬਿਜਲੀ ਨੂੰ ਲੈ ਕੇ ਪਿਛਲੀ ਸਰਕਾਰ ਵੱਲੋਂ ਵੀ 3 ਰੁਪਏ ਪ੍ਰਤੀ ਯੂਨਿਟ ਦੇ ਵਿੱਚ ਜਿਹੜੀ ਇਹ ਛੋਟ ਦਿੱਤੀ ਗਈ ਸੀ ਤੇ ਹੁਣ 2 ਮਹੀਨੇ ਦੇ 600 ਯੂਨਟ ਜਿਹੜੇ ਨੇ ਬਿਜਲੀ ਦੇ ਮੁਫਤ ਦਿੱਤੇ ਜਾਣਗੇ ਤੇ ਬਕਾਇਆ ਵੀ ਜਿਹੜਾ ਹੈ ਬਿੱਲਾਂ ਦਾ ਮਾਫ ਕੀਤਾ ਗਿਆ ਤਾਂ ادارے ਨੂੰ ਕਮਾਈ ਜਿਹੜੀ ਹੈ ਉਹ ਕਿਸ ਤਰ੍ਹਾਂ ਹੋ ਰਹੀ ਹੈ ਅਦਾਰਾ ਜਿਹੜਾ ਹੈ ਉਹ ਕਿਸ ਤਰ੍ਹਾਂ ਸਰਵਾਈਵ ਕਰੇਗਾ ਸੋ ਸਭ ਤੋਂ ਪਹਿਲਾਂ ਮੈਂ ਇਸ ਆਰਟੀਕਲ ਵੱਲ ਹੀ ਆ ਜਾਣਾ ਦੋਸਤੋ ਇਸ ਆਰਟੀਕਲ ਦੇ ਵਿੱਚ ਲਿਖਿਆ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਧ ਰਹੇ ਵਿੱਤੀ ਸੰਕਟ ਕਰਕੇ ਪਾਵਰਕਾਮ ਦੀ ਆਰਥਿਕ ਹਾਲਤ ਜਿਹੜੀ ਹੈ ਉਹ ਡਾਵਾ ਡੋਲ ਹੋ ਗਈ ਹੈ ਲਗਾਤਾਰ ਦੋਸਤੋ ਬਹੁਤ ਸਾਰੀਆਂ ਸਬਸਿਡੀਆਂ ਦਾ ਐਲਾਨ ਕੀਤਾ ਗਿਆ ਕਿਉਂਕਿ ਪਾਵਰਕਾਮ ਜਿਹੜਾ ਹੈ ਬਿਜਲੀ ਬੋਰਡ ਆਧਾਰਾ ਜਿਹੜਾ ਹੈ ਇਹ ਪਹਿਲਾਂ ਹੀ ਖੇਤੀਬਾੜੀ ਮੋਟਰਾਂ ਨੂੰ ਮੁਫਤ ਬਿਜਲੀ ਜਿਹੜੀ ਹੈ ਦੇ ਰਿਹਾ ਇਸ ਤੋਂ ਇਲਾਵਾ ਦੋਸਤੋ ਐਸਸੀਬੀਸੀ ਭਾਈਚਾਰੇ ਨੂੰ ਹਰ 2 ਮਹੀਨੇ ਦੇ 400 ਯੂਨਿਟ ਤੇ ਹੁਣ ਜਿਹੜੇ ਨੇ 300 ਯੂਨਿਟ ਹਰ ਮਹੀਨੇ ਦਾ ਐਲਾਨ ਜਿਹੜਾ ਕੀਤਾ ਗਿਆ ਤੇ ਬਕਾਇਆ ਮਾਫ ਕਰਨ ਦੇ ਲਈ ਵੀ ਜਿਹੜੀ ਇਹ ਗੱਲ ਕੀਤੀ ਗਈ ਹੈ ਇਸ ਕਰਕੇ ਵਿੱਤੀ ਸੰਕਟ ਜਿਹੜਾ ਹੈ ਉਹ ਆ ਗਿਆ ਹੈ ਪਾਵਰਕਾਮ ਦੇ ਸਾਹਮਣੇ ਔਰ ਇਸ ਕਰਕੇ ਜਿਹੜੀ ਪਾਵਰਕਾਮ ਦੀ ਸਥਿਤੀ ਜਿਹੜੀ ਹੈ ਉਹ ਡਾਮਾਂਡਲ ਹੋ ਗਈ ਹੈ ਇਸ ਆਰਟੀਕਲ ਵਿੱਚ ਦੋਸਤੋ ਲਿਖਿਆ ਗਿਆ ਕਿ ਪਾਵਰਕਾਮ ਦਾ ਜਿੱਥੇ ਪਹਿਲਾਂ ਬਿਜਲੀ ਉਤਪਾਦਨ ਵਧਾਉਣ ਅਤੇ ਬਿਜਲੀ ਸਿਸਟਮ ਵਿੱਚ ਸੁਧਾਰ ਕਰਨ ਵੱਲ ਧਿਆਨ ਹੁੰਦਾ ਸੀ ਪਰ ਕੁਝ ਸਮੇਂ ਤੋਂ ਪਾਵਰਕਾਮ ਦੀ ਜਿਹੜੀ ਹਾਲਤ ਹੈ ਇੰਨੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਿ ਹੁਣ ਇਹ ਸਬਸਿਡੀਆਂ ਤੇ ਕਰਜ਼ਿਆਂ ਦੇ ਚੱਕਰ ਦੇ ਵਿੱਚ ਹੀ ਫਸ ਕੇ ਰਹਿ ਗਿਆ ਹੈ ਸੋ ਦੋਸਤੋ ਇੱਕ ادارے ਨੂੰ ਸਰਵਾਈਵ ਕਰਨ ਦੇ ਲਈ ਰੈਵਨਿਊ ਦੀ ਜਿਹੜੀ ਹੈ ਲੋਡ ਹੁੰਦੀ ਹੈ ਔਰ ਇਹ ਸਬਸਿਡੀਆਂ ਦਾ ਐਲਾਨ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਇਸ ਨਾਲ ਇੱਥੇ ਦੱਸਿਆ ਗਿਆ ਕਿ ਪਾਵਰ ਕਮ ਦੀ ਵਿੱਤੀ ਹਾਲਤ ਜਿਹੜੀ ਹੈ ਉਹ ਕਾਫੀ ਖਰਾਬ ਚੱਲ ਰਹੀ ਹੈ ਇਸ ਤੋਂ ਇਲਾਵਾ ਦੋਸਤੋ ਯਾਨੀ ਕਿ ਇਸ ਐਲਾਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅਜੇ 9000 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਦਾ ਪੈਸਾ ਹੈ ਅਜੇ ਤੱਕ ਬਿਜਲੀ ਬੋਰਡ ਨੂੰ ਨਹੀਂ ਦਿੱਤਾ ਸੋ ਇਸ ਦੇ ਨਾਲ ਇਸ ਸਾਲ ਜੇਕਰ ਕੁੱਲ ਸਬਸਿਡੀ ਦੀ ਗੱਲ ਕਰੀਏ ਤਾਂ 24000 ਕਰੋੜ ਤੱਕ ਇਸ ਸਬਸਿਡੀ ਦੀ ਜਿਹੜੀ ਹੈ ਅਮਾਉਂਟ ਪਹੁੰਚ ਜਾਣੀ ਹੈ ਯਾਨੀ ਪਾਵਰਕੋਮ ਸਹੀ ਹਾਲਾਤ ਵਿੱਚ ਚੱਲਣ ਦੀ ਸਥਿਤੀ ਦੇ ਵਿੱਚ ਤਾਂ ਹੋਵੇਗਾ ਜੇਕਰ 24000 ਕਰੋੜ ਰੁਪਏ ਦੀ ਅਦਾਇਗੀ ਜਿਹੜੀ ਹੈ ਉਹ ਪਾਵਰਕੋਮ ਨੂੰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਯਾਨੀ ਕਿ ਦੋਸਤੋ ਇਸ ਐਲਾਨ ਦੇ ਨਾਲ ਹਰ ਮਹੀਨੇ 2000 ਕਰੋੜ ਰੁਪਏ ਦੇ ਕਰੀਬ ਦੀ ਸਬਸਿਡੀ ਦਾ ਬੋਝ ਜਿਹੜਾ ਹੈ ਪਾਵਰਕੋਮ ਤੇ ਪਵੇਗਾ ਬਿਜਲੀ ਬੋਰਡ ਦੇ ਉੱਪਰ ਪਵੇਗਾ ਸੋ ਜੇਕਰ ਇਸ ਰਕਮ ਦੀ ਅਦਾਇਗੀ ਪਾਵਰਕੋਮ ਨੂੰ ਨਹੀਂ ਹੁੰਦੀ ਤਾਂ ਜਿਹੜਾ ਪਾਵਰਕੋਮ ਦਾ ਆਪਣਾ ਇੰਟਰਨਲ ਸਿਸਟਮ ਹੈ ਉਸ ਨੂੰ ਚਲਾਉਣ ਦੇ ਵਿੱਚ ਬੜੀ ਮੁਸ਼ਕਲ ਜਿਹੜੀ ਹੈ ਉਹ ਪੇਸ਼ ਆਵੇਗੀ। ਦੋਸਤੋ ਇਸੇ ਦੇ ਨਾਲ ਇੱਥੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਰਾਜ ਦੇ ਵਿੱਚ ਜੇਕਰ ਇਹ ਸਹੂਲਤਾਂ ਜਿਹੜੀਆਂ ਨੇ ਲਾਗੂ ਹੋ ਜਾਂਦੀਆਂ ਨੇ ਜੁਲਾਈ ਮਹੀਨੇ ਤੋਂ ਤਾਂ ਇਸ ਦੇ ਨਾਲ ਬਿਜਲੀ ਦੀ ਖਪਤ ਦੇ ਵਿੱਚ ਵੀ ਜਿਹੜਾ ਹੈ ਉਹ ਵਾਧਾ ਹੋਵੇਗਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਝੋਨੇ ਦੇ ਸੀਜ਼ਨ ਦੇ ਵਿੱਚ ਯਾਨੀ ਕਿ ਗਰਮੀਆਂ ਦੇ ਸੀਜ਼ਨ ਦੇ ਵਿੱਚ 16500 ਮੀਗਾਵਾਟ ਦੀ ਜਿਹੜੀ ਲੋਡ ਹੈ ਬਿਜਲੀ ਦੀ ਉਹ ਪੰਜਾਬ ਨੂੰ ਹੋਵੇਗੀ ਸੋ ਦੋਸਤੋ ਕੋਲੇ ਦੀ ਖਰੀਦ ਲਈ ਬਿਜਲੀ ਬੋਰਡ ਦੇ ਮੁਲਾਜ਼ਮਾ ਦੀ ਤਨਖਾਹ ਦੇ ਲਈ ਪਾਵਰਕਾਮ ਦੇ ਇੰਟਰਨਲ ਸਿਸਟਮ ਨੂੰ ਚਲਾਉਣ ਦੇ ਲਈ ਵਿਤੀ ਹੈਲਪ ਦੀ ਜਿਹੜੀ ਹੈ ਇਸ ਵਕਤ ਬਿਜਲੀ ਬੋਰਡ ਨੂੰ ਬਹੁਤ ਲੋਡ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਦੀਆਂ ਸਬਸਿਡੀਆਂ ਦਾ ਐਲਾਨ ਹੁੰਦਾ ਤਾਂ ਪਾਵਰਕਾਮ ਨੂੰ ਮਿਲਣ ਵਾਲਾ ਜਿਹੜਾ ਰੈਵਨਿਊ ਹੈ ਉਹ ਬਿਲਕੁਲ ਬੰਦ ਹੋ ਜਾਏਗਾ ਇਸ ਪੈਸੇ ਦੇ ਲਈ ਫਿਰ ਪਾਵਰਕੋਮ ਨੂੰ ਸਰਕਾਰ ਵਾਲੀ ਦੇਖਣਾ ਹੋਵੇਗਾ ਔਰ ਸਰਕਾਰ ਜਦੋਂ ਇਹਨਾਂ ਸਬਸਿਡੀਆਂ ਦਾ ਪੈਸਾ ਪਾਵਰਕੋਮ ਨੂੰ ਅਦਾ ਕਰੇਗੀ ਤਾਂ ਹੀ ਜਿਹੜਾ ਪਾਵਰਕੋਮ ਦਾ ਜਿਹੜਾ ਇੰਟਰਨਲ ਸਿਸਟਮ ਹੈ ਉਹ ਸਹੀ ਢੰਗ ਦੇ ਨਾਲ ਚੱਲ ਸਕੇਗਾ ਯਾਨੀ ਕਿ ਮੋٹے ਤੌਰ ਤੇ ਦੋਸਤੋ ਗੱਲ ਕਰੀਏ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਜੋ ਸਬਸਿਡੀਆਂ ਦਾ ਐਲਾਨ ਹੋ ਰਿਹਾ ਮੁਫਤ ਬਿਜਲੀ ਦਾ ਐਲਾਨ ਹੋ ਰਿਹਾ ਉਸ ਦੇ ਲਈ ਪਾਵਰਕੋਮ ਦੇ ਇੰਟਰਨਲ ਸਿਸਟਮ ਨੂੰ ਚਲਾਉਣ ਵਾਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਕਿਉਂਕਿ ਜੇਕਰ ਇਹ ਸਾਰਾ ਦਾ ਸਾਰਾ ਸਿਸਟਮ ਚਲਾਣਾ ਹੈ ਪਾਵਰ ਕਮ ਦੇ ਮਲਾਜ਼ਮਾਂ ਦੀ ਤਨਖਾਹ ਨੂੰ ਦੇਣਾ ਹੈ ਤਾਂ ਇਸ ਰਕਮ ਦੀ ਅਦਾਇਗੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਜਿਹੜੀ ਹੈ ਪਾਵਰ ਕਮ ਨੂੰ ਸਮੇਂ ਸਿਰ ਕਰਨੀ ਹੋਵੇਗੀ ਸੋ ਦੋਸਤੋ ਇੱਥੇ ਇਹ ਸਾਫ਼ ਦੱਸ ਦਿੱਤਾ ਗਿਆ ਕਿ ਹਰ ਮਹੀਨੇ 2000 ਕਰੋੜ ਰੁਪਏ ਦਾ ਜਿਹੜਾ ਹੈ ਸਬਸਿਡੀ ਦਾ ਬੋਝ ਪੰਜਾਬ ਸਰਕਾਰ ਤੇ ਪਵੇਗਾ ਔਰ ਪੰਜਾਬ ਸਰਕਾਰ ਜਦੋਂ ਪਾਵਰਕਾਮ ਨੂੰ ਇਸਦੀ ਅਦਾਇਗੀ ਕਰੇਗੀ ਤਾਂ ਹੀ ਪਾਵਰਕਾਮ ਦਾ ਜਿਹੜਾ ਇੰਟਰਨਲ ਸਿਸਟਮ ਹੈ ਉਹ ਸਹੀ ਢੰਗ ਦੇ ਨਾਲ ਚੱਲ ਸਕੇਗਾ ਦੋਸਤੋ ਆਉਣ ਵਾਲੇ ਗਰਮੀ ਦੇ ਸੀਜ਼ਨ ਨੂੰ ਦੇਖਿਆ ਜਾਵੇ ਤਾਂ ਜੇਕਰ 16500 ਮੀਗਾਵਾਟ ਬਿਜਲੀ ਦੀ ਲੋੜ ਜੇਕਰ ਪੰਜਾਬ ਨੂੰ ਪੈਂਦੀ ਹੈ ਤਾਂ ਇਸ ਲਈ ਕੋਲੇ ਦੀ ਖਰੀਦ ਵੀ ਕਰਨੀ ਹੋਵੇਗੀ ਕੋਲੇ ਦੀ ਖਰੀਦ ਦੇ ਲਈ ਪਾਵਰਕਾਮ ਕੋਲ ਜਿਹੜੇ ਫੰਡ ਵੀ ਹੋਣੇ ਚਾਹੀਦੇ ਨੇ ਕਿਉਂਕਿ ਆਹ ਨਾਲੇ ਸਮੇਂ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਸਬਸਤੀਆਂ ਦਾ ਐਲਾਨ ਹੁੰਦਾ ਹੈ ਤਾਂ ਇਸ ਨਾਲ ਬਿਜਲੀ ਦੀ ਮੰਗ ਵੀ ਵਧੇਗੀ ਔਰ ਮੰਗ ਵਧਣ ਦੇ ਨਾਲ ਕੋਲੇ ਦੀ ਲੋੜ ਵੀ ਜਿਹੜੀ ਹੈ ਇਸ ਨਾਲ ਵੱਧ ਜਾਵੇਗੀ ਔਰ ਜਿਸ ਤਰ੍ਹਾਂ ਦੀਆਂ ਸਬਸਿਡੀਆਂ ਦਾ ਐਲਾਨ ਜਿਹੜਾ ਲਗਾਤਾਰ ਹੋ ਰਿਹਾ ਤਾਂ ਪਾਵਰ ਕਾਮ ਦੀ ਜਿਹੜੀ ਸਥਿਤੀ ਹੈ ਉਹ ਫਿਕਰਮੰਦ ਹੈ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧ